ਕਟਨਾ ਜੀ ਮੇਰੇ ਖੇਤ ਸੀਗਾ ਅਤੇ ਉਹ ਚੌਧਰੀ ਜਨਰਲ ਦੇ ਨਾਲ ਜ਼ਮੀਨ ਲੱਗਦੀ ਸੀਗੀ ਅਤੇ ਉਹ 10 ਵਜੇ ਲੜਕਰੇ ਮਾਰ ਕੇ ਬਾਹਰ ਅੱਗੇ ਦੀ ਟੱਪਿਆ ਸੀ ਵੈਟ ਖਾਲਾ ਪਾਉਂਦੇ ਹੈ ਅਤੇ ਉਹ ਮੇਰਾ ਠੇਕੇਦਾਰ ਮੈਨੂੰ ਆਹਦਾ ਵੀ ਉਹ ਤਾਂ ਜੇ ਸੀ ਪੀ ਲਈ ਬੈਠੇ ਹੈ ਤੋ ਜੇ ਸੀ ਪੀ ਟੀਮ ਲੱਗ ਗਈ ਅਤੇ ਮੈਂ ਆਖਿਆ ਚੱਲ ਰੋਕਦੇ ਹਾਂ ਵੀ ਇਹ ਭਾਈ ਮਿਹਨਤੀ ਨਾ ਕਰ ਲਓ ਅਤੇ ਜਦੋਂ ਅਸੀਂ ਤੁਹਾਨੂੰ ਪੰਜ ਥਾਂ ਪੂਰਾ ਛੱਡਿਆ ਤਾਂ ਸਾਡੇ ਖੇਤ 'ਚ ਮਿੱਟੀ ਕੇ ਸੁੱਟਦੇ ਹਾਂ ਉਹਨਾਂ ਨੇ ਉਹ 6-7 ਜਣੇ 10-12 ਜਣੇ ਸੀਗੇ ਅਤੇ ਉਹਨਾਂ ਨੇ ਮੈਨੂੰ ਫੜ ਲਿਆ ਮੈਂ ਮਸ਼ੀਨ ਮੂਹਰੇ ਖੜ ਗਿਆ ਉਹਨਾਂ ਨੇ ਮੈਨੂੰ ਫੜ ਲਿਆ ਫੜ ਕੇ ਮੈਨੂੰ ਉਹਨਾਂ ਨੇ ਸਿੱਟ ਥੱਲੇ ਖਟਿਆ ਅਤੇ ਮੈਂ ਤਾਂ ਇਕੱਲਾ ਹੀ ਸੀਗਾ ਜੀ ਅਤੇ ਉਹ ਮੁੰਡਾ ਸੀਗਾ ਠੇਕੇਦਾਰ ਉਹ ਤਾਂ ਫਿਰ ਭੱਜ ਗਿਆ ਜਦੋਂ ਮੈਨੂੰ ਪੈ ਗਏ ਅਤੇ ਮੈਂ ਚੀਕਾਂ ਚੂਕਾਂ ਮਾਰੀਆਂ ਨਹੀਂ ਅਤੇ ਮੈਂ ਚੀਕਾਂ ਚੂਕਾਂ ਮਾਰੀਆਂ ਅਤੇ ਉਹ ਫਿਰ ਜਦੋਂ ਪਿੰਡੋਂ ਬੰਦੇ ਚੱਲ ਪਏ ਅਤੇ ਫਿਰ ਉਹ ਉੱਥੇ ਮੈਨੂੰ ਛੱਡ ਕੇ ਭੱਜ ਗਏ ਅਤੇ ਮੇਰਾ ਪਿਸਤੌਲ ਵੀ ਕੱਢ ਕੇ ਲੈ ਗਏ ਉਹਨਾਂ ਕੋਲ ਇੱਕ ਡਾਕਟਰ ਜਿਹੜਾ ਉੱਥੇ ਲੱਗਿਆ DMC 'ਚ ਉਹਦੇ ਕੋਲ ਪਿਸਟਲ ਸੀਗਾ ਉਹਨੇ ਆਹ ਮੇਰੇ ਇੱਥੇ ਮਾਰਿਆ ਇੱਥੇ ਅੰਗੂਠਾ ਮੇਰਾ ਸੁੱਜਿਆ ਪਿਆ ਹੈ ਅਸੀਂ ਜੀ ਆਪਦੀ ਪਹੀ ਦੇ ਉੱਤੇ ਮਿੱਟੀ ਪਾ ਰਹੇ ਸੀ ਇਹਨੇ ਮੇਰੀ ਮਿੱਟੀ ਪਹੀ ਅੱਗੇ ਡਾਹ ਦਿੱਤੀ ਸੀ ਸਾਰੀ ਸਾਡੇ ਮਰਗ ਹੋ ਗਈ ਸੀ ਇਹਨੇ ਸਾਡੇ ਮਗਰੂ ਸਾਡੀ ਇਹਨੇ ਪਹੀ ਇਹਨੇ ਵਾਹ ਕੇ ਅਤੇ ਆਪਦੇ ਨਾਰ ਲਾ ਲਈ ਇਹ ਪਰਮਜੀਤ ਇਹਦੇ ਪਿਤਾ ਦਾ ਨਾਮ ਮੈਨੂੰ ਨਹੀਂ ਪਤਾ ਅਤੇ ਜਦੋਂ ਇਹਨਾਂ ਨੇ ਡਾਹ ਕੇ ਲਾ ਲਈ ਸਾਡਾ ਤਾਂ ਫਿਰ ਮਹੀਨਾ ਉੱਧਰ ਪੈ ਗਿਆ ਸਾਡਾ ਟਾਈਮ ਨਹੀਂ ਲੱਗਿਆ ਇਹਦਾ ਜੋਨਾ ਲਾ ਲਿਆ ਅਸੀਂ ਮੁੜ ਕੇ ਕੱਲ੍ਹ ਅਸੀਂ ਆਏ ਅਸੀਂ ਆਉਣਾ ਤਾਂ 4 ਵਜੇ ਸੀਗੇ 4 ਕੁ ਵਜੇ ਕੋਲ ਅਤੇ ਮਸ਼ੀਨ ਖਰਾਬ ਕਰਦੇ ਕਿ ਜੇ ਵੀ ਖਰਾਬ ਹੋਣ ਦੇ ਨਾਲ ਫਿਰ ਇਹਨਾਂ ਨੇ ਸਾਨੂੰ ਲੇਟ ਕਰ ਦਿੱਤਾ ਬਈ ਚੱਲ ਹੁਣ ਅਸੀਂ ਚੱਲਦੇ ਰਹਿੰਦੇ ਇਹ ਦਿਨ ਛਿਪੇ ਕੋਲ ਚੱਲ ਪਏ ਉੱਥੋਂ ਅਸੀਂ ਇੱਥੇ ਆ ਗਏ ਅਸੀਂ ਥੋੜ੍ਹੀ ਜਿਹੀ 'ਚ ਪੱਟੀ 2 ਕਰਮਾਂ ਅਤੇ ਪੱਟ ਕੇ ਅਸੀਂ ਮਿੱਟੀ ਆਪਦੀ ਨਾਲ ਲਾਈ ਆਉਂਦੇ ਅਤੇ ਇਹਨਾਂ ਨੇ ਆਣ ਕੇ ਅਤੇ ਉੱਧਰੋਂ ਕਿਸੇ ਬੰਦੇ ਸ਼ਿਕਾਇਤ ਕਰਤੀ ਹੋਣੀ ਇਹਨਾਂ ਨੇ ਆਣ ਕੇ ਲਲਕੜਾ ਮਾਰਿਆ ਉੱਥੇ ਲਲਕੜਾ ਮਾਰ ਕੇ ਅਤੇ ਇਹ ਥੱਲੇ ਲਏ ਪਏ ਪਈ ਤੋਂ ਅੱਛਾ ਇਹਨਾਂ ਨੇ ਮੁੜ ਕੇ ਪਿਸਤੌਲ ਨੇ ਇਹਨੇ ਮੈਨੂੰ ਸਿੱਧਾ ਪਿਸਤੌਲ ਕਰਕੇ ਲਈ ਆਇਆ ਨੀਵਾਂ 'ਚ ਵੀ ਬੋਲਦਾ ਆਇਆ ਪਰ ਪਿਸਤੌਲ ਵੀ ਇਹਨੇ ਮੈਨੂੰ ਸਿੱਧਾ ਕੀਤੀ ਲਿਆ ਮੈਂ ਅੱਗੇ ਖੜ੍ਹਾ ਸੀ JBC ਦੇ ਕੋਲ ਮੈਂ ਭੱਜਿਆ ਨਹੀਂ ਖੈਰ ਮੈਂ ਕੋਈ ਭੱਜਿਆ ਨਹੀਂ ਮੈਂ ਅੱਗੇ ਹੀ ਖੜ੍ਹਾ ਰਿਹਾ ਜਦੋਂ ਇਹ ਮੇਰੇ ਕੋਲ ਆਇਆ ਤਾਂ ਮੇਰੇ ਇਹਨੇ ਸੋਟੀ ਮਾਰੀ ਇਹਨੇ ਮੇਰੇ ਦਿਲ ਦੇ ਉੱਤੇ ਸੋਟੀ ਵੱਜ ਗਈ ਇਹਨੇ ਜਦੋਂ ਦਿਲ 'ਤੇ ਸੋਟੀ ਮੇਰੇ ਦਰਦ ਹੋਣ ਲੱਗ ਪਿਆ ਮੁੜ ਕੇ ਮੈਂ ਇਹ ਮੇਰੇ ਨਵੱਖੀ ਅਸੀਂ ਹੱਥੀ ਦੋਵੇਂ ਹੋ ਗਏ ਇਹਦਾ ਮੈਂ ਪਿਸਤੌਲ ਖੋ ਲਿਆ ਸਾਹਿਬ ਜੀ ਸਾਨੂੰ ਇੱਕ ਰਾਤ ਇਨਫੋਰਮੇਸ਼ਨ ਮਿਲੀ ਸੀ ਥਾਣੇ ਦੇ ਵਿੱਚ ਕਿ ਇੱਥੇ ਵੀ ਝਗੜਾ ਹੋ ਰਿਹਾ ਅਤੇ ਤੁਰੰਤ ਇੱਥੇ ਪੁਲਿਸ ਪਾਰਟੀ ਭੇਜ ਦਿੱਤੀ ਡਿਊਟੀ ਅਫਸਰ ASC ਰਜਿੰਦਰ ਸਿੰਘ ਆ ਗਿਆ ਸੀ ਔਰ ਇੱਥੇ ਆ ਕੇ ਜਿਵੇਂ ਵੀ ਹਾਲਾਤ ਪਾਏ ਗਏ ਇੱਥੇ ਉਸ ਸਮੇਂ ਸਾਨੂੰ ਇਹ ਪਤਾ ਲੱਗਾ ਸੀ ਕਿ 2 ਧਿਰਾਂ ਦੇ ਵਿੱਚ ਛੋਟੀ ਜਿਹੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਕੋਈ ਲੜਾਈ ਝਗੜਾ ਹੋਇਆ ਸੀ ਧੱਕਾ ਮੁੱਕੀ ਹੋਈ ਸੀ ਮੌਕੇ ਤੋਂ ਸਾਨੂੰ ਇੱਕ ਪਿਸਟਲ ਜਿਹੜਾ ਮਿਲਿਆ ਸੀ ਬਿਨਾਂ ਚੱਲਿਆ ਹੋਇਆ ਦੋਨੋਂ ਧਿਰਾਂ ਦਾਖਲਾ ਹੁਣ ਮੈਂ ਮੌਕਾ ਦੇਖਿਆ ਸਾਰਾ ਡਿਟੇਲ ਚੰਗੀ ਤਰ੍ਹਾਂ ਮੈਂ ਦੇਖ ਲਈ ਹੈ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਹਾਲਾਤ ਪਾਏ ਗਏ ਆ ਉਹਦੀ ਡਿਟੇਲਡ ਰਿਪੋਰਟ ਅਸੀਂ ਸਾਡੇ ਸੀਨੀਅਰ ਅਫਸਰ ਨੂੰ ਸਬਮਿਟ ਕਰ ਦਾਂਗੇ ਉਹ ਜਿਵੇਂ ਵੀ ਹਾਲਾਤ ਪਾਏ ਜਾਣਗੇ ਦੋਨਾਂ ਧਿਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਹੈ ਅਤੇ ਦੋਵਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ।